ਦੁਬਾਬਾ ਵਿੱਚ ਮੰਨੀ ਪਰਮੰਨੀ ਸ਼ਹਿਰ ਰਸੂਆ ਦੀ ਬਸੰਤ ਅੱਜ ਮੀਂਹ ਕਾਰਨ ਫਿੱਕੀ ਨਜ਼ਰ ਪੈਂਦੀ ਆ ਰਹੀ ਹੈ। ਇਸ ਸੰਬੰਧ ਵਿੱਚ ਬਾਜ਼ਾਰ ਦਾ ਦੌਰਾ ਕਰਦਿਆਂ ਪਤੰਗਾਂ ਦੇ ਦੁਕਾਨਦਾਰਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦਾ ਕਹਿਣਾ ਹੈ ਕਿ ਇਤਿਹਾਸ ਵਿੱਚ ਕਦੇ ਵੀ ਬਸੰਤ ਤੋਂ ਪਹਿਲਾਂ ਅਤੇ ਬਸੰਤ ਵਾਲੇ ਦਿਨ ਮੀਂਹ ਨਹੀਂ ਪਿਆ ਹੈ, ਪਰ ਇਸ ਵਾਰ ਮੌਸਮ ਵਿਭਾਗ ਵੱਲੋਂ 2 ਦਿਨ ਪਹਿਲਾਂ ਹੀ ਮੀਂਹ ਪੈਣ ਦਾ ਖਰਸ਼ਾ ਦੱਸਿਆ ਜਾ ਰਿਹਾ ਹੈ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਪੂਰੇ ਸਾਲ ਇਸ ਦਿਨ ਦੀ ਉਡੀਕ ਕੀਤੀ ਜਾਂਦੀ ਹੈ, ਪਰ ਕੁਦਰਤ ਨੇ ਉਹਨਾਂ ਦੇ ਅੱਜ ਸਾਹ ਸੁਕਾਏ ਹੋਏ ਹਨ। ਉਹਨਾਂ ਇਹ ਵੀ ਕਿਹਾ ਕਿ ਜੇਕਰ ਮੌਸਮ ਆਪਣਾ ਰੁੱਖ ਬਦਲਦਿਆਂ ਧੁੱਪ ਦਿਖਾਉਂਦਾ ਹੈ ਤਾਂ ਪਤੰਗ ਵੇਚਣ ਵਾਲੇ ਦੁਕਾਨਦਾਰ ਅਤੇ ਪਤੰਗਬਾਜ਼ੀ ਕਰਨ ਵਾਲਿਆਂ ਦੇ ਚਿਹਰੇ ਖਿੜੇ ਰਹਿਣਗੇ। ਕੱਲ ਨੂੰ ਬਸੰਤ ਆ, ਇੱਥੇ ਵਾਰੀ ਨਹੀਂ ਆਉਂਦੀ ਹੈਗੀ, ਇੱਥੇ ਵਾਰੀ ਨਹੀਂ ਆਉਂਦੀ ਅਤੇ ਅੱਜ ਸਾਨੂੰ ਪੁੱਛਿਆ ਜੀ ਕਿਸੇ ਨੇ ਨਹੀਂ, ਚਾਰ ਚਾਰ ਤਾਂ ਫੁਲਕੇ ਛਕ ਲਏ ਆ, ਅਤੇ ਰੋਟੀ ਵੀ ਅਸੀਂ ਰਾਤ ਨੂੰ ਘਰੇ ਜਾ ਕੇ ਖਾਂਦੇ ਹੁੰਦੇ ਹਾਂ। ਅੱਜ ਕੱਲ੍ਹ ਬਿਲਕੁਲ ਛੁੱਟੀ ਹੈ, ਕਿਉਂਕਿ ਮੌਸਮ ਕਰਕੇ ਅੱਗੇ ਇਹ ਹੁੰਦਾ ਜੇ ਮੌਸਮ ਖਰਾਬ ਵੀ ਹੁੰਦਾ ਸੀ ਨਾ ਤਾਂ ਕਿਸੇ ਨੂੰ ਪਤਾ ਨਹੀਂ ਹੁੰਦਾ ਸੀ, ਸਾਰੇ ਆਪਣਾ ਆਪਣਾ ਤਿਉਹਾਰ ਮਨਾਉਣੇ ਸਮਾਨ ਖਰੀਦ ਲੈਂਦੇ ਸੀ। ਹੁਣ ਲੋਕ ਨੈੱਟ ਤੋਂ ਪਹਿਲਾਂ ਦੇਖ ਲੈਂਦੇ ਵੀ ਕੱਲ੍ਹ ਨੂੰ ਮੌਸਮ ਕਿੱਦਾਂ ਦਾ, ਉਹਦੇ ਅਕੋਰਡਿੰਗ ਸੌਦਾ ਖਰੀਦਣਾ ਕਿ ਨਹੀਂ ਖਰੀਦਣਾ, ਇਹ ਬਹੁਤ ਫਰਕ ਪੈਂਦਾ ਨਾ, ਇਫੈਕਟ ਹੈਗਾ ਜਿਹੜਾ ਨੈੱਟ ਤੋਂ ਸਾਰਿਆਂ ਨੂੰ ਪਤਾ ਲੱਗਦਾ ਨਾ, ਉਹਦਾ ਬਹੁਤ ਇਫੈਕਟ ਪੈਂਦਾ ਹੈਗਾ। ਕਿਤੇ ਭਾਈ ਪਤੰਗਾਂ ਦਾ ਪਤਾ ਨਹੀਂ ਲੱਗਦਾ, ਮੀਂਹ ਨੇ ਹਨੇਰੀ ਨੇ ਕੰਮ ਇੰਨਾ ਖਰਾਬ ਕਰਤਾ, ਪਤੰਗ ਚੜਾਉਣ ਦਾ ਮਨ ਨਹੀਂ ਕਰਦਾ ਪਿਆ, ਅਤੇ ਸੂਈ ਦਾ ਹੀ ਫਸੇ ਆ ਕਿ ਪਤੰਗ ਲਈਏ ਕਿ ਨਾ ਲਈਏ, ਅਤੇ ਮੀਂਹ ਹੁਣ ਹਟੂਗਾ ਤਾਂ ਪਤੰਗ ਲਵਾਂਗੇ, ਨਹੀਂ ਤਾਂ ਆਪਣਾ ਆਹ ਸਾਲ ਦੀ ਬਸੰਤ ਜਿਹੜੀ ਆ ਖਰਾਬ ਹੀ ਮੰਨੀ ਜਾਣੀ ਹੈ। ਚੌਂਕ ਲੈ ਕੇ ਮੋਤੀ ਮੰਦਿਰ ਤੱਕ ਇਸ ਬਾਜ਼ਾਰ ਦੇ ਵਿੱਚ ਲੰਘਣ ਨੂੰ ਰਾਹ ਨਹੀਂ ਸੀ, ਮੇਨ ਇਹ ਪੁਰਾਣਾ ਬਾਜ਼ਾਰ ਆ ਪਤੰਗਾਂ ਦਾ, ਔਰ ਇੱਥੇ ਮਤਲਬ ਕਿ ਗਾਂ ਗਾਂ ਤੋਂ ਪਿੰਡਾਂ ਤੋਂ ਦਫ਼ਰ ਤੱਕ ਭਾਨੇ ਤੱਕ ਤੋਂ ਮਤਲਬ ਕਿ ਲੋਕ ਬੜੀ ਦੂਰ ਦੂਰ ਤੋਂ ਲੋਕ ਇੱਥੇ ਪਤੰਗ ਲੈਣ ਵਾਸਤੇ ਆਉਂਦੇ ਸੀ, ਲੇਕਿਨ ਮਤਲਬ ਕਿ ਮੀਂਹ ਨੇ ਕਹਿ ਲਓ ਵੀ ਉਹ ਰੁਝਾਨ ਜਿਹੜਾ ਬਾਜ਼ਾਰ ਦੇ ਵਿੱਚ ਕੋਈ ਇੱਦਾਂ ਨਹੀਂ ਖੱਪ ਰੌਲਾ ਜਾਂ ਭੀੜ ਨਹੀਂ ਹੈਗੀ। ਹਾਂਜੀ, ਲੱਖਾਂ ਦਾ ਸਾਡਾ ਸਮਾਨ ਪਿਆ ਆ ਇੱਥੇ ਮਤਲਬ ਕਿ ਦੁਕਾਨਾਂ ਦੇ ਉੱਤੇ, ਅਤੇ ਮਤਲਬ ਕਿ ਮੀਂਹ ਨੇ ਸਾਡੇ ਮਤਲਬ ਕਿ ਜਿਹੜਾ ਹੈਗਾ ਸਾਹ ਸੋਕ ਦਿੱਤੇ ਆ ਕਿ ਬਿਲਕੁਲ ਮਤਲਬ ਕਿ ਮੀਂਹ ਹਟੇਗਾ ਔਰ ਕਿ ਨਹੀਂ ਹਟੇਗਾ, ਕਿਉਂਕਿ ਸਾਰਾ ਸਾਲ ਬੰਦਾ ਮਤਲਬ ਕਿ ਵੇਟ ਕਰਦਾ ਸੀਜ਼ਨ ਦੀ, ਤਿਉਹਾਰ ਦੀ, ਵੀ ਬਸੰਤ ਦਾ ਸੀਜ਼ਨ ਲਾਵਾਂਗੇ ਅਤੇ ਕੁਛ ਪੈਸੇ ਕਮਾਵਾਂਗੇ, ਲੇਕਿਨ ਲੱਖਾਂ ਦਾ ਸਮਾਨ ਪਿਆ ਆ ਵੀ ਨਜ਼ਰ ਨਹੀਂ ਆ ਰਿਹਾ ਵੀ ਮੀਂਹ ਹਟੇਗਾ, ਔਰ ਗਾਹਕ ਬਾਜ਼ਾਰ ਦੇ ਵਿੱਚ ਨਿਕਲਦਾ ਨਜ਼ਰ ਨਹੀਂ ਆ ਰਿਹਾ। ਅਸੀਂ ਮਤਲਬ ਕਿ ਦੁਕਾਨਦਾਰ ਚਿੰਤਿਤ ਆ ਇਸ ਚੀਜ਼ ਨੂੰ ਲੈ ਕੇ।